ਬੇਸ਼ੱਕ ਪੰਜਾਬ ਦੇ ਵਿੱਚ ਚਾਰ ਜਗ੍ਹਾ ਤੇ ਜਿਮਨੀ ਚੋਣਾਂ ਹੋਣੀਆਂ ਨੇ, ਪਰ ਗਿੱਦੜਬਾਹ ਦੀ ਸੀਟ ਜਿਹੜੀ ਆ ਉਹ ਹੌਟ ਪੁਆਇੰਟ ਬਣੀ ਹੋਈ ਆ। ਕੱਲ ਤੋਂ ਗਿੱਦੜਬਾਹ ਦੇ ਵਿੱਚ ਜਿਹੜਾ ਕੁਝ ਵਾਪਰ ਰਿਹਾ ਉਹ ਸਭ ਦੀ ਨਜ਼ਰ 'ਚ ਆ। ਹਰਦੀਪ ਡਿੰਪੀ ਢਿੱਲੋਂ, ਪੁਰਾਣੇ ਅਕਾਲੀ ਜਿਹੜੇ ਨੇ ਉਹ ਅਸਤੀਫਾ ਦੇ ਗਏ ਨੇ। ਇੱਕ ਪਾਸੇ ਅੱਜ ਗਿੱਦੜਬਾਹ ਵਿਖੇ ਡਿੰਪੀ ਢਿੱਲੋਂ ਹੋਰਾਂ ਨੇ ਵਰਕਰਾਂ ਦਾ ਇਕੱਠ ਕੀਤਾ, ਤਾਂ ਕੁਝ ਵਰਕਰ ਜਿਹੜੇ ਨੇ ਉਹ ਪਿੰਡ ਬਾਦਲ ਵੀ ਪਹੁੰਚੇ ਨੇ, ਜਿੱਥੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵਰਕਰਾਂ ਦੇ ਨਾਲ ਜਿਹੜੀ ਆ ਉਹ ਮੀਟਿੰਗ ਕੀਤੀ ਹੈ। ਔਰ ਵਰਕਰਾਂ ਦੇ ਨਾਲ ਮੀਟਿੰਗ ਕਰਦਿਆਂ ਇੱਕ ਗੱਲ ਉਹਨਾਂ ਨੇ ਸਪਸ਼ਟ ਕਹੀ ਹੈ ਕਿ ਜਿਸ ਗੱਲ ਨੂੰ ਆਧਾਰ ਬਣਾਇਆ ਜਾ ਰਿਹਾ ਹੈ ਕਿ ਮਨਪ੍ਰੀਤ ਬਾਦਲ ਦੀ ਅਕਾਲੀ ਦਲ ਦੇ ਵਿੱਚ ਵਾਪਸੀ ਹੋ ਰਹੀ ਹੈ, ਤਾਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮਨਪ੍ਰੀਤ ਦਾ ਰਾਹ ਵੱਖਰਾ, ਉਹਨਾਂ ਦਾ ਰਾਹ ਵੱਖਰਾ। ਸੋ ਇਸ ਤਰ੍ਹਾਂ ਦੀ ਕੋਈ ਸੋਚ ਜਿਹੜੀ ਆ ਉਹ ਵਰਕਰ ਨਾ ਰੱਖਣ। ਇਸ ਤੋਂ ਇਲਾਵਾ ਵਰਕਰਾਂ ਨੇ ਇੱਕ ਮੰਗ ਵੀ ਰੱਖੀ ਹੈ ਕਿ ਜੇਕਰ ਹਰਦੀਪ ਡਿੰਪੀ ਢਿੱਲੋਂ ਇੱਥੋਂ ਨਹੀਂ ਲੜਦੇ ਤਾਂ ਸੁਖਬੀਰ ਬਾਦਲ ਜਿਹੜੇ ਨੇ ਉਹ ਆਪ ਉਮੀਦਵਾਰ ਹੋਣ। ਸਾਡੇ ਨਾਲ ਵਰਕਰ ਵੀ ਨੇ, ਬਾਈ ਜੀ ਕੀ ਗੱਲ ਹੋਈ ਹੈ, ਮੀਟਿੰਗ ਕੀਤੀ ਹੈ ਸੁਖਬੀਰ ਬਾਦਲ ਹੋਰਾਂ? ਮੀਟਿੰਗ 'ਚ ਪ੍ਰਧਾਨ ਜੀ ਨੇ ਆਖਿਆ ਵੀ ਜਿਹੜੀ ਡਿੰਪੀ ਜੀ ਕਹਿੰਦੇ ਆ ਵੀ ਮਨਪ੍ਰੀਤ ਨੂੰ ਟਿਕਟ ਦੇਣੀ ਆ, ਵੀ ਇਹ ਝੂਠੀ ਅਫਵਾਹ। ਜੇ ਉਹਨਾਂ ਨੇ ਵੀ ਟਿਕਟ ਲੜਨੀ ਹੈ ਤਾਂ 10-15 ਦਿਨ ਦਾ ਟਾਈਮ ਆ ਵੀ ਟਿਕਟ ਉਹਨਾਂ ਦੀ ਹੈ, ਉਹ ਲੜਨਗੇ। ਤੇ ਜੇ ਉਸ ਤੋਂ ਬਾਅਦ ਵੀ ਜੇ ਮਤਲਬ ਵੀ ਉਹ ਅਕਾਲੀ ਦਲ ਦੀ ਟਿਕਟ ਤੇ ਨਹੀਂ ਲੜਦੇ ਤੇ ਜੋ ਵੀ ਵਰਕਰ ਫੈਸਲਾ ਕਰਨਗੇ ਮੈਨੂੰ ਉਹ ਕਬੂਲ ਆ। ਤੁਹਾਨੂੰ ਤੁਸੀਂ ਵਰਕਰਾਂ ਨੇ ਮੰਗ ਵੀ ਕੀਤੀ ਹੈ, ਕਹਿੰਦੇ ਸੁਖਬੀਰ ਬਾਦਲ ਆਪ ਲੜਨ? ਹਾਂਜੀ, ਮੰਗ ਇਹ ਕੀਤੀ ਕਿਉਂਕਿ ਬਾਦਲ ਸਾਹਿਬ ਦਾ ਪੁਰਾਣਾ ਹਲਕਾ ਜੀ, ਵੀ ਤੁਸੀਂ ਆਪ ਲੜੋ ਜੀ। ਤੇ ਪ੍ਰਧਾਨ ਜੀ ਕਹਿੰਦੇ ਵੀ ਏਡੀ ਜਲਦੀ ਵਾਲੇ ਫੈਸਲੇ ਨਹੀਂ ਹੁੰਦੇ, ਬਾਕੀ ਮੈਂ ਵਰਕਰਾਂ ਦੇ ਨਾਲ ਆ, ਜਿਵੇਂ ਵਰਕਰ ਕਹਿਣਗੇ ਵੀ ਉਹੀ ਫੈਸਲਾ ਲਿਆ ਜਾਊਗਾ। ਕੋਈ ਮਨਪ੍ਰੀਤ ਬਾਦਲ ਬਾਰੇ ਵੀ ਗੱਲ ਹੋਈ ਹੈ, ਮਨਪ੍ਰੀਤ ਬਾਦਲ ਆ ਰਹੇ ਆ ਕਿ ਨਹੀਂ ਆ ਰਹੇ? ਨਹੀਂ, ਉਹ ਕਹਿੰਦੇ ਜੀ ਉਹਨਾਂ ਦਾ ਰਾਹ ਹੀ ਵੱਖਰਾ ਜੀ, ਉਹ ਭਾਜਪਾ 'ਚ ਆ। ਵੀ ਇਹ ਜਿਹੜੀ ਕਨਫਿਊਜ਼ਨ ਆ ਵੀ ਇਹ ਤੁਸੀਂ ਕਲੀਅਰ ਕਰ ਲਿਓ ਵੀ ਇਹ ਮਨਪ੍ਰੀਤ ਦਾ ਰਾਹ ਵੱਖਰਾ, ਆਪਣਾ ਰਾਹ ਵੱਖਰਾ ਜੀ। ਬਾਪੂ ਜੀ, ਤੁਸੀਂ ਅਕਾਲੀ ਦਲ ਨਾਲ ਜੁੜੇ ਹੋਏ ਪੁਰਾਣੇ? ਹਾਂਜੀ। ਕੀ ਕਿਹਾ ਅੱਜ ਪ੍ਰਧਾਨ ਜੀ ਨੇ ਫਿਰ ਗਿੱਦੜਬਾਹ ਹਲਕੇ ਦਾ, ਕੀ ਗੱਲ ਹੈ? ਬਾਦਸ਼ਾਹ ਉਹਨਾਂ ਨੇ ਇਹੀ ਕਿਹਾ ਵੀ ਜੇ ਡੈਂਪੀ ਲੜਦਾ ਤਾਂ ਪਹਿਲ ਉਹਦੀ ਹੈ, ਤੇ ਨਹੀਂ ਫਿਰ ਜੇ ਉਹ ਜਵਾਬ ਹੀ ਦਿੰਦਾ ਤਾਂ ਉਦੋਂ ਬਾਅਦ ਫਿਰ ਵੇਖਾਂਗੇ। ਕਿੰਨਾ ਦਾ ਫੈਸਲਾ ਕੌਣ ਕਰੇਗਾ ਫਿਰ, ਕੀ ਕਹਿੰਦੇ ਰਹੇ? ਫੈਸਲਾ ਤਾਂ ਫਿਰ ਸੰਗਤਾਂ ਹੀ ਕਰਨਗੀਆਂ ਨਾ। ਸੰਗਤ ਨੇ ਕਿਹਾ ਅੱਜ ਕਿ ਆਪ ਲੜਨ ਸੁਖਬੀਰ ਬਾਦਲ? ਹਾਂਜੀ, ਆਖਿਆ ਸੰਗਤਾਂ ਨੇ ਵੀ ਜੇ ਪਹਿਲ ਉਹਨਾਂ ਨੂੰ ਦਿੱਤੀ, ਉਹਨਾਂ ਨੇ ਸੁਖਬੀਰ ਮਨਪ੍ਰੀਤ ਨੂੰ ਦੂਜੇ ਨੂੰ ਦਿੱਤੀ ਆ, ਮਨਪ੍ਰੀਤ ਨੂੰ ਡੈਂਪੀ ਜੀ ਨੂੰ ਵੀ ਉਹ ਜੇ ਆਉਣ ਇੱਧਰ ਤਾਂ ਉਹਦੀ ਆ, ਨਹੀਂ ਤਾਂ ਫਿਰ ਅਸੀਂ ਜਿਵੇਂ ਸੰਗਤ ਆਖੂਗੀ ਉਵੇਂ। ਸੋ ਵਰਕਰ ਜਿਹੜੇ ਨੇ ਉਹ ਵੱਡੀ ਤਾਦਾਦ 'ਚ ਨੇ, ਔਰ ਗਿੱਦੜਬਾਹ ਹਲਕਾ ਸਾਂਭ ਰਹੇ ਸੀ ਵੱਖ ਵੱਖ ਆਗੂ, ਉਹ ਵੀ ਇੱਥੇ ਪਹੁੰਚੇ ਨੇ। ਪਰ ਦੱਸ ਦਈਏ ਕਿ ਅੱਜ ਜਿਹੜਾ ਫਿਲਹਾਲ ਮੀਟਿੰਗ ਦੇ ਵਿੱਚ ਵਿਚਾਰਾਂ ਹੋਈਆਂ ਨੇ, ਅਤੇ ਇੱਕ ਵਾਰ ਸੁਖਬੀਰ ਬਾਦਲ ਨੇ ਫਿਰ ਇਹ ਗੱਲ ਕਹੀ ਹੈ ਕਿ ਟਿਕਟ ਜਿਹੜੀ ਆ ਹਰਦੀਪ ਸਿੰਘ ਡਿੰਪੀ ਢਿੱਲੋਂ ਹੋਰਾਂ ਦੀ ਹੈ, ਮਨਪ੍ਰੀਤ ਬਾਦਲ ਦਾ ਰਾਹ ਵੱਖਰਾ, ਮੇਰਾ ਰਾਹ ਵੱਖਰਾ। ਔਰ ਵਰਕਰਾਂ ਨੇ ਮੰਗ ਕੀਤੀ ਹੈ ਕਿ ਜੇਕਰ ਡਿੰਪੀ ਢਿੱਲੋਂ ਹੋਰ ਪਾਰਟੀ ਜੁਆਇਨ ਕਰਦੇ ਨੇ ਜਾਂ ਹੋਰ ਕਿਤੋਂ ਉਮੀਦਵਾਰ ਹੁੰਦੇ ਨੇ ਤਾਂ ਫਿਰ ਕੀ ਜਿਹੜੇ ਹੈਗੇ ਨੇ ਉਹ ਆਪ ਜਿਹੜੇ ਸੁਖਬੀਰ ਬਾਦਲ ਜਿਹੜੇ ਨੇ ਚੋਣ ਲੜਨ? ਭਾਅ ਜੀ ਮੀਟਿੰਗ 'ਚ ਸੀ? ਹਾਂਜੀ ਹਾਂਜੀ। ਕੀ ਬਣਿਆ, ਕੀ ਹੋਇਆ, ਕੀ ਹੈ? ਕੁਛ ਨਹੀਂ, ਉਹ ਕਹਿੰਦੇ ਡਿੰਪੀ ਸਾਡਾ ਹੈ, ਇਲੈਕਸ਼ਨ ਲੜੇ, ਅਸੀਂ ਟਿਕਟ ਡਿੰਪੀ ਦੀ ਹੈ। ਜੇ ਡਿੰਪੀ ਨਹੀਂ ਲੜਦਾ ਤਾਂ ਵਰਕਰ ਕੀ ਕਹਿੰਦੇ ਨੇ? ਵਰਕਰ ਕੁਛ ਨਹੀਂ ਕਹਿ ਰਹੇ, ਉਹ ਕਹਿੰਦੇ ਜੋ ਡਿੰਪੀ ਦਾ ਫੈਸਲਾ ਹੈ ਲੜਿਆ ਕੇ ਅਸੀਂ ਉਹਦੇ ਹਾਂ। ਪਰ ਜੇ ਡਿੰਪੀ ਢਿੱਲੋਂ ਨਹੀਂ ਲੜਦੇ ਤਾਂ? ਨਹੀਂ, ਹਜੇ ਕੁਛ ਨਹੀਂ ਉਹਦੇ ਪਰ। ਵਰਕਰਾਂ ਨੇ ਮੰਗ ਕੀਤੀ ਸੁਖਬੀਰ ਬਾਦਲ ਲੜਨਾ? ਨਹੀਂ ਨਹੀਂ, ਹਜੇ ਕੁਛ ਨਹੀਂ, ਹਜੇ ਮੀਟਿੰਗ ਚੱਲ ਰਹੀ ਹੈ। ਓਕੇ, ਚੱਲ। ਸੋ ਇੱਕ ਗੱਲ ਜਿਹੜੀ ਆ ਉਹ ਸਪਸ਼ਟ ਹੈ ਕਿ ਕਿਤੇ ਨਾ ਕਿਤੇ ਵਰਕਰ ਜਿਹੜੇ ਨੇ ਉਹ ਇਹ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਹੋਰਾਂ ਨੇ ਅੱਜ ਖੁੱਲ੍ਹ ਕੇ ਕਿਹਾ ਕਿ ਟਿਕਟ ਡਿੰਪੀ ਢਿੱਲੋਂ ਦੀ ਹੈ ਗਿੱਦੜਬਾਹ ਤੋਂ, ਔਰ ਜੇ ਜਿਹੜਾ ਰਿਊਮਰ ਫੈਲਾਇਆ ਜਾ ਰਿਹਾ ਕਿ ਮਨਪ੍ਰੀਤ ਬਾਦਲ ਆ ਰਹੇ ਨੇ, ਅਜਿਹੀ ਕੋਈ ਗੱਲ ਨਹੀਂ। ਹੁਣ ਵੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਿੱਦੜਬਾਹ ਦੀ ਰਾਜਨੀਤੀ ਜਿਹੜੀ ਆ ਕਿੱਧਰ ਜਾਂਦੀ ਆ।